ਮਾਨਯੋਗ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸ਼੍ਰੀ ਸੁਖਚੈਨ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ 'ਤੇ ਐਂਟੀ ਨਾਰਕੋਟਿਕ ਸੈੱਲ ਵੱਲੋਂ ਭਾਰੀ ਮਾਤਰਾ ਵਿੱਚ ਨਜਾਇਜ਼ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ। ਸਾਨੂੰ ਇਹਦੇ ਵਿੱਚ ਐਲਕੋਹਲ ਇਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਸੀ ਕਿ ਸੰਤ ਨਗਰ ਵਿੱਚ ਕਿਸੇ ਗੋਡਾਊਨ 'ਚ ਕੋਈ ਇਲੀਗਲ ਤੌਰ 'ਤੇ ਜਿਹੜੀ ਨਜਾਇਜ਼ ਐਲਕੋਹਲ ਦੀ ਬਰਾਮਦਗੀ ਸਾਨੂੰ ਹੋ ਸਕਦੀ ਹੈ, ਜਿਸ 'ਤੇ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤੀ ਐਂਡ ਉੱਥੇ ਸਾਨੂੰ ਇੱਕ ਕੈਂਟਰ ਮਿਲਿਆ ਜਿਹਦੇ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਐਲਕੋਹਲ ਪਈ ਸੀ। ਮੌਕੇ ਤੋਂ ਜਿਹੜੇ ਤਿੰਨ ਦੋਸ਼ੀ ਸੀਗੇ ਉਹ ਫਰਾਰ ਹੋ ਗਏ ਐਂਡ ਜੋ ਅਸੀਂ ਉਸ ਟਾਈਮ ਬਰਾਮਦਗੀ ਕੀਤੀ ਉਸ ਵਿੱਚ 35 ਕੈਨ ਸੀਗੇ ਜਿਹਦੀ ਕਿ ਕਪੈਸਿਟੀ ਇੱਕ ਕੈਨ ਦੀ 115 ਕੈਨ ਸੀਗੇ ਜਿਹਦੀ ਪਰ ਕੈਨ ਦੀ ਕਪੈਸਿਟੀ 35 ਲੀਟਰ ਹੈ ਅਤੇ 6 ਡਰੰਮ ਵੀ ਬਰਾਮਦ ਕੀਤੇ ਗਏ ਜਿਹਨਾਂ ਦੀ ਕਪੈਸਿਟੀ 200 ਲੀਟਰ ਈਚ ਡਰੰਮ ਹੈ। ਸੋ ਇਹ ਕੁੱਲ ਮਿਲਾ ਕੇ 5,225 ਲੀਟਰ ਦੀ ਬਰਾਮਦਗੀ ਕੀਤੀ ਗਈ ਹੈ ਨਜਾਇਜ਼ ਐਲਕੋਹਲ ਦੀ। ਇਸ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਉਹ ਇੱਕ ਮਾਨ ਸਿੰਘ, ਕਾਹਨ ਸਿੰਘ ਹੈਗੇ ਆ ਜਿਹੜੇ ਕਿ ਮਹਿਰਬਾਨਪੁਰਾ ਡਿਆਲਾ ਗੁਰੂ ਵਿੱਚ ਪੈਂਦਾ ਦਿਹਾਤੀ ਅੰਮ੍ਰਿਤਸਰ ਐਂਡ ਇੱਕ ਦੋਸ਼ੀ ਜੋ ਕਿ ਕੈਂਟਰ ਦਾ ਮਾਲਿਕ ਹੈ ਡਰਾਈਵਰ ਹੈ ਮਨਦੀਪ ਸਿੰਘ ਮੋਨੂ ਉਹ ਦਬੁਰਜੀ ਥਾਣਾ ਮਕਬੂਲਪੁਰਾ ਦਾ ਹੈ। ਇਹਨਾਂ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਕਰ ਦਿੱਤੀ ਜਾਏਗੀ। ਮੈਡਮ ਕਿੰਨੇ ਦਾ ਸਮਾਨ ਹੋਏਗਾ? ਇਹਦਾ ਐਸੇ ਵੈਲਿਊ ਨਹੀਂ ਪਤਾ ਸਾਨੂੰ ਐਗਜੈਕਟਲੀ, ਬਟ ਜੇ ਕੁਆਂਟਿਟੀ ਜੋ ਹੈ ਉਹ ਤੁਹਾਨੂੰ ਅਸੀਂ ਦੱਸਦੇ ਹਾਂ।